ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਦੇ ਕੱਲੂ ਘਰੇ ਦਾ ਅੱਜ ਤੀਜੇ ਦਿਨ ਦੇ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ 2 ਤਰੀਕ ਦਾ ਕਰਫੂ ਸੀ ਬੜਾ ਇੱਕ ਭਾਵਨਾਤਮਕ ਜਿਹਾ ਮਾਹੌਲ ਸੀ ਮਹੰਗਾ ਸਿੰਘ ਹੁਣੀ ਸ਼ਹੀਦ ਹੋਏ 3 ਤਰੀਕ ਨੂੰ ਕਰਫੂ ਖੋਲ ਦਿੱਤਾ ਗਿਆ 3 ਤਰੀਕ ਨੂੰ ਬਹੁਤ ਵੱਡੀ ਪੱਧਰ ਤੇ ਸੰਗਤ ਜਿਹੜੀ ਆ ਉਹ ਦਰਬਾਰ ਸਾਹਿਬ ਆਈ ਤੇ ਉਹ ਸੰਗਤ ਦੇ ਮੰਦੇੰਦਰ ਇਹ ਵੀ ਉਤਸਕਤਾ ਸੀ ਕਿ ਇਹ ਦਰਬਾਰ ਸਾਹਿਬ ਵਿੱਚ ਕੀ ਵਾਪਰਿਆ ਕਿਉਂਕਿ ਘੰਟੀਆਂ ਖੜਕ ਗਈਆਂ ਸੀ ਤੇ ਵੱਡੀ ਗਿਣਤੀ ਵਿੱਚ ਗਰਮੀ ਦਾ ਵੀ ਅੰਤ ਸੀ ਤੇ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਇੱਥੇ ਆ ਜਾ ਰਹੀ ਤੇ ਇਹ ਜਿਹੜਾ ਜਿੱਥੇ ਆਪਾਂ ਖੜੇ ਆ ਇਹ ਲੰਗਰ ਸਥਾਨ ਆ ਸਾਨੂੰ ਯਾਦ ਆ ਕਿ ਬੜੇ ਸਤਿਕਾਰਯੋਗ ਜਸਦਾ ਰਾਮ ਸਿੰਘ ਜੀ ਏ ਜਿਹੜੇ ਕਿ ਇਸ ਲੰਗਰ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਵੱਲੋਂ ਇੰਚਾਰਜ ਸੀ ਉਹਨਾਂ ਨਾਲ ਸਾਡਾ ਬੜਾ ਪਿਆਰ ਸੀ ਅਸੀਂ ਇੱਥੇ ਆਏ ਤੇ ਵਾਪਸ ਚਲੇ ਜਾਣਾ ਸੀਗਾ ਕਿਉਂਕਿ 11 ਤਰੀਕ 11 ਵਜੇ ਦੀ ਟ੍ਰੇਨ ਹੁੰਦੀ ਸੀ ਛਾਣੇ ਪੰਜਾਬ ਪਰ ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਕਿ ਹਮਲਾ ਹੋਣ ਵਾਲਾ ਹੈ ਕੀ ਕੱਲ ਨੂੰ ਇਹ ਵੀ ਤਰੀਕ ਪਤਾ ਲੱਗ ਗਈ ਕਿ ਕੱਲ ਨੂੰ ਹਮਲਾ ਹੋ ਜਾਣਾ ਸੋ ਤੇ ਦੂਜਾ ਇਹ ਗੱਲ ਚਰਚਾ ਵਿੱਚ ਆ ਗਈ ਕਿ ਫੌਜ ਨੇ ਜਿਹੜੇ ਮੋਰਚੇ ਆ ਆਲੇ ਦੁਆਲੇ ਉਹ ਫੌਜ ਨੇ ਜਿਹੜੇ ਉਹ ਮੋਰਚਿਆਂ ਵਿੱਚ ਜਗ੍ਹਾ ਲੈ ਲਈ ਆ ਸੀਆਰਪੀ ਚਲੀ ਗਈ ਆ ਤੇ ਫੌਜ ਆ ਗਈ ਆ ਉਸ ਮੌਕੇ ਸਾਡਾ ਜਾਣ ਦਾ ਜਿਹੜਾ ਪ੍ਰੋਗਰਾਮ ਕੈਨਸਲ ਹੋ ਗਿਆ ਤੇ ਅਸੀਂ ਇੱਥੇ ਇਹ ਜਿਹੜੀ ਆ ਸਿੰਘਾਂ ਦੇ ਨਾਲ ਜਿਹੜੀ ਉਸ ਸਰਗਰਮੀ ਵਿੱਚ ਸ਼ਾਮਲ ਹੋ ਗਏ ਉਹ ਸਰਗਰਮੀਆਂ ਵਿੱਚ ਸਾਡੇ ਨਾਲ ਸਾਡੇ ਫੈਡਰੇਸ਼ਨ ਦੇ ਵਿਅਸਾ ਸਿੰਘ ਬਲਟੋਵਾ ਸਾਡੇ ਦਫ਼ਤਰ ਸਤਤਰ ਸਨ ਉਹਨਾਂ ਦੇ ਨਾਲ ਅਸੀਂ ਸੀ ਤੇ ਉਹ ਉਸ ਸਮੇਂ ਦਾ ਜਿਹੜਾ ਮਾਹੌਲ ਸੀ ਸਾਰੇ ਦਰਬਾਰ ਸਾਹਿਬ ਦਾ ਜਦੋਂ ਕਿ ਇਹ ਗੱਲ ਸੰਤਾਂ ਕੋਲੇ ਪਹੁੰਚ ਚੁੱਕੀ ਸੀ ਕਿ ਹਮਲਾ ਹੋਣ ਵਾਲਾ ਹੈ ਤਾਂ ਉਸ ਹਮਲੇ ਨੂੰ ਟੱਕਰ ਦੇਣ ਵਾਸਤੇ ਅ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੀਆਂ ਇਹਨੂੰ ਇਹਨੂੰ ਦੂਜੇ ਸ਼ਬਦਾਂ ਚ ਕਹਿ ਲਈਏ ਕਿ ਜੰਗੀ ਮਸ਼ਕਾਂ ਚੱਲ ਰਹੀਆਂ ਸਨ ਤੁਸੀਂ ਦੇਖੋ ਕਿ ਜਿਹੜਾ ਜਿਵੇਂ ਤੁਸੀਂ ਦੇਖਿਆ ਕਿ ਇਹ ਜਿਹੜੇ ਬੁੰਗੇ ਆ ਬੁੰਗੇ ਤੋਂ ਇਲਾਵਾ ਤੁਸੀਂ ਦੇਖੋ ਕਿ ਸਾਹਮਣੇ ਜਿਹੜੀ ਦਰਸ਼ਨੀ ਡਿਊੜੀ ਆ ਉੱਚੀਆਂ ਜਿੰਨੀਆਂ ਜਗ੍ਹਾ ਸੀਗੀਆਂ ਉਹਨਾਂ ਦੇ ਉੱਤੇ ਜਿਹੜੇ ਆ ਸਿੰਘਾਂ ਵੱਲੋਂ ਵੀ ਬੂਰੀਆਂ ਰੱਖ ਕੇ ਜਿਹੜੇ ਆ ਮੋਰਚਾ ਬੰਦੀ ਜਿਹੜੀ ਆ ਕੀਤੀ ਜਾ ਰਹੀ ਸੀ ਅਸੀਂ ਦੇਖਿਆ ਕਿ ਉਸ ਦਿਨ ਜਨਰਲ ਸੁਮੇਖ ਸਿੰਘ ਹੁਣੀ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਸਰਗਰਮ ਦਿਖਾਈ ਦੇ ਰਹੇ ਸੀ ਤੇ ਭੰਨ ਤੋੜ ਹੋ ਰਹੀ ਸੀ ਮੋਰਚੇ ਲਾ ਬਣ ਰਹੇ ਸੀ ਤੁਸੀਂ ਦੇਖਿਆ ਜਿਵੇਂ ਕਾਲਤਖ ਸਾਹਿਬ ਤੁਸੀਂ ਮੈਂ ਬੇਨਤੀ ਕਰਾਂਗਾ ਕਿ ਦਿਖਾਉਣਗੇ ਕਾਲਤਖ ਸਾਹਿਬ ਦੀ ਦੇ ਲਾਗੇ ਉੱਪਰ ਲੀਆਂ ਬਿਲਡਿੰਗਾਂ ਚ ਕਾਲਤਖ ਸਾਹਿਬ ਦੇ ਬਿਲਕੁਲ ਥੱਲੇ ਜਿਹੜੀ ਆ ਮੋਰਚਾ ਬੰਦੀ ਹੋ ਰਹੀ ਸੀ ਪ੍ਰਕਰਮਾਂ ਦੇ ਵਿੱਚ ਹੋ ਰਹੀ ਸੀ ਇਧਰਲੇ ਪਾਸੇ ਵੀ ਜਿੰਨੀਆਂ ਉੱਚੀਆਂ ਮਿਲੀਆਂ ਉਹਨਾਂ ਸਾਰਿਆਂ ਵਿੱਚ ਮੋਰਚਾ ਬੰਦੀ ਜਿਹੜੀ ਆ ਕੀਤੀ ਜਾ ਰਹੀ ਸੀ ਕਾਫੀ ਇਸ ਗੱਲ ਦੀ ਸਰਗਰਮੀ ਸੀ ਅਸੀਂ ਜਦੋਂ ਅ ਸਾਡੀ ਡਿਊਟੀ ਲੱਗੀ ਕਿ ਜਿਹੜਾ ਪੁਰਾਣਾ ਜਿਹੜਾ ਸਟੋਰ ਸੀਗਾ ਦਰਬਾਰ ਸਾਹਿਬ ਦੇ ਅੰਦਰ ਉਸ ਸਟੋਰ ਦੇ ਵਿੱਚੋਂ ਵੱਡੇ ਵੱਡੇ ਦਰਵਾਜ਼ੇ ਜਿਹੜੇ ਸੀਗੇ ਉਹ ਦਰਵਾਜ਼ੇ ਲਿਆ ਕੇ ਜਿਹੜੀ ਟੈਂਕੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਟੈਂਕੀ ਆ ਉਹ ਟੈਂਕੀ ਦੇ ਵਿੱਚ ਮਤਲਬ ਮੋਰਚਾ ਉੱਤੇ ਬਣਾਉਣ ਵਾਸਤੇ ਚੱਲ ਰਿਆ ਸੀਗਾ ਤੇ ਮੈਂ ਇਹ ਦੇਖਿਆ ਕਿ ਅਸੀਂ ਉਹ ਜਿਹੜੇ ਵੱਡੇ ਦਰਵਾਜ਼ੇ ਸੀ ਉਹ ਵੱਡੀਆਂ ਖੇਂਜਾਂ ਦੇ ਨਾਲ ਉੱਪਰ ਪਹਚਾਏ ਗੱਦੇ ਪਹਚਾਏ ਤੇ ਆਲੇ-ਦੁਆਲੇ ਜਦੋਂ ਟੈਂਕੀ ਦੇ ਉੱਤੇ ਚੜ ਕੇ ਅਸੀਂ ਦੇਖਿਆ ਤੇ ਆਲੇ-ਦੁਆਲੇ ਸਾਰੇ ਪਾਸੇ ਜਿਹੜੀ ਫੌਜ ਸੀ ਉਹ ਦੂਰਬੀਨਾ ਲਾ ਕੇ ਦੇਖ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ ਬਹੁਤ ਵੱਡਾ ਨਿਸ਼ਾਨਾ ਸੀਗਾ ਉਹਨਾਂ ਦਾ ਕਿ ਜਿਹੜੀ ਇਹ ਮੋਰਚਾ ਬੰਦੀ ਕੀਤੀ ਜਾ ਰਹੀ ਆ ਉਥੇ ਟੈਂਕੀ ਦੇ ਜਿਹੜੀ ਉਹ ਅਗਲੇ ਦੁਆਲੇ ਜਿਹੜਾ ਬਗਲ ਬਣਿਆ ਉਹਦੇ ਵਿੱਚ ਕੋ ਕਿਨਾ ਸਰਾਖ ਬਣਾਏ ਜਾ ਰਹੇ ਸੀ ਤੇ ਕਾਫੀ ਵੱਡੀ ਪੱਧਰ ਤੇ ਜਿਹੜੀ ਐ ਫੇਰ ਮੈਂ ਸ਼ਬਦ ਵਰਤਾਂ ਕਿ ਜੰਗੀ ਮਸ਼ਕਾਂ ਚੱਲ ਰਹੀਆਂ ਸੀ ਮੋਰਚਾ ਬੰਦੀ ਚੱਲ ਰਹੀ ਸੀ ਕਾਫੀ ਜਿਆਦੇ ਮਤਲਬ ਜਿਹੜੇ ਸਿੰਘ ਜਿਹੜੇ ਸੀਗੇ ਉਹ ਬਹੁਤ ਸਰਗਰਮੀ ਨਾਲ ਚੱਲ ਰਹੇ ਸੀ ਜਿਹਦੇ ਜਰਨਲ ਸੁਬੇਕ ਸਿੰਘ ਉਹਨਾਂ ਦਾ ਜਿਹੜਾ ਉਹਨਾਂ ਦਾ ਜੰਗੀ ਮਹਾਰਤ ਸੀ ਉਹਨਾਂ ਦੀ ਕਿਉਂਕਿ ਇਹ ਗੱਲ ਪਤਾ ਲੱਗੀ ਸੀ ਕਿ ਉਹ ਦਿਨ ਆਣ ਪਹੁੰਚਿਆ ਸੀ ਜਿਹੜੀ ਗੱਲ ਦਾ ਦਿਮਾਗ ਦੇ ਉੱਤੇ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਵੀ ਇੱਕ ਫਿਕਰ ਬਣਿਆ ਹੋਇਆ ਸੀ ਜੋ ਗੱਲ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਨੇ ਇਹ ਗੱਲ ਕਹੀ ਸੀ ਕਿ ਜੇ ਦਰਬਾਰ ਸਾਹਿਬ ਤੇ ਕਿਨਾ ਫੌਜ ਚੜਦੀ ਆ ਤਾਂ ਉਹ ਮੇਰੇ ਸਰੀਰ ਦੇ ਉੱਤੋਂ ਦੀ ਹੋ ਕੇ ਜਾਏਗੀ ਉਹ ਉਹ ਗੱਲ ਦੀ ਜਿਹੜੀ ਉਹ ਕਹਿੰਦੇ ਹੁੰਦੇ ਆ ਉਹ ਦਿਨ ਆਣ ਆਣ ਪਹੁੰਚਿਆ ਸੀ ਤੇ ਉਸ ਦਿਨ ਅਸੀਂ ਇਹ ਸਾਰੀਆਂ ਸਰਗਰਮੀਆਂ 'ਚ ਰਹੇ ਕਿਉਂਕਿ ਜਦੋਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਅੱਜ ਵੀ ਹਮਲਾ ਹੋ ਜਾਣਾ ਸੀ ਵੀਰੇ ਤਾਂ ਫਿਰ ਅਸੀਂ ਘਰੇ ਵਾਪਸ ਨਹੀਂ ਪਰਤੇ ਕਿਉਂਕਿ ਜਿਸ ਗੱਲ ਨੂੰ ਅਸੀਂ ਆਏ ਸੀ ਅਸੀਂ ਮੈਨੂੰ ਯਾਦ ਆ ਕਿ ਉਸ ਦਿਨ ਸ਼ਾਮ ਨੂੰ ਡਾਕਟਰ ਭਗਵਾਨ ਸਿੰਘ ਚਰਨਜੀਤ ਸਿੰਘ ਤਲਵੰਡੀ ਤੇ ਦਵਿੰਦਰ ਸਿੰਘ ਫੌਜੀ ਅਸੀਂ ਉਹਨਾਂ ਦੇ ਨਾਲ ਸਾਨੂੰ ਜਾਣ ਦਾ ਮੌਕਾ ਮਿਲਿਆ ਭਾਵੇਂ ਕਿ ਅਸੀਂ ਕੋਈ ਐਡੇ ਵੱਡੇ ਕਹਿੰਦੇ ਹੁੰਦੇ ਆ ਉਸ ਗਿਣਤੀ ਦੇ ਵਿੱਚ ਨਹੀਂ ਸੀ ਆਉਂਦੇ ਪਰ ਕਿਉਂਕਿ ਸਾਡੇ ਉਹਨਾਂ ਦੇ ਨਾਲ ਸਾਡਾ ਪਿਆਰ ਸੀ ਤੇ ਅਸੀਂ ਜਿਹੜੇ ਆ ਉਸ ਸਮੇਂ ਅਕਾਲ ਤਖਤ ਸਾਹਿਬ ਤੇ ਸ਼ਾਮ ਨੂੰ ਪਹੁੰਚਦੇ ਆ ਜਿਹੜੀ ਕਿ ਮੇਰੀ ਜ਼ਿੰਦਗੀ ਦਾ ਉਹ ਉਹ ਬੜਾ ਇੱਕ ਲਾੋਕਿਕ ਜਿਹਾ ਸਮਾਂ ਹੈ ਅਕਾਲ ਤਖਤ ਸਾਹਿਬ ਤੇ ਕਾਫੀ ਸਰਗਰਮੀ ਸੀ ਸੰਤ ਉੱਥੇ ਗੱਲਾਂ ਕਰ ਰਹੇ ਸੀ ਸਾਰਿਆਂ ਨਾਲ ਯੋਜਨਾਵਾਂ ਬੱਧੀ ਬਣ ਰਹੀ ਸੀ ਤੇ ਉੱਥੇ ਉਸ ਦਿਨ ਜਿਹੜੇ ਆ ਸੰਤਾਂ ਨੇ ਥੱਲੇ ਜਿਹੜੀਆਂ ਆਪਣੀਆਂ ਦਾਜ ਵਾਲੀਆਂ ਪੇਟੀਆਂ ਹੁੰਦੀਆਂ ਲੋਹੇ ਵਾਲੀਆਂ ਉਹਨਾਂ ਪੇਟੀਆਂ ਦੇ ਵਿੱਚੋਂ ਜਿਹੜੇ ਜਿਹੜਾ ਕੁਝ ਸਿੰਘਾਂ ਕੋਲੇ ਜੋ ਸ਼ਾਸਤਰ ਸੀ ਹਥਿਆਰ ਸੀ ਉਹ ਉੱਥੇ ਦੀ ਦਿੱਤੀ ਜਾ ਰਹੀ ਇਹ ਇੱਕ ਮੈਂ ਸਮਝਦਾ ਕਿ ਉਹ ਸੰਤਾਂ ਦੇ ਦਰਸ਼ਨਾਂ ਦਾ ਆਖਰੀ ਇੱਕ ਦ੍ਰੈਸ਼ੀ ਜਿਹੜਾ ਕਿ ਉਹਨਾਂ ਨੂੰ ਜ਼ਿੰਦਗੀ ਚ ਰੂਹ ਰੂਹ ਹੁੰਦਿਆਂ ਦੇਖਿਆ ਤੇ ਮੈਂ ਇੱਕ ਗੱਲ ਅੱਜ ਵੀ ਯਾਦ ਰੱਖਦਾ ਕਿ ਐਡੀ ਵੱਡੀ ਫੌਜ ਦਾ ਘੇਰਾ ਸੀ ਤੇ ਇਹ ਗੱਲ ਪਤਾ ਲੱਗੀ ਸੀ ਕਿ ਫੌਜ ਨੇ ਹਮਲਾ ਕਰ ਦੇਣਾ ਤੇ ਉਸ ਮਰਦੇ ਮਜਾਹਦ ਦੇ ਬੇਖੌਫ ਸੀ ਤੇ ਬੇਡਰ ਸੀ ਕਿਉਂਕਿ ਉਹ ਗੁਰੂ ਦੇ ਸਿੱਖ ਸਨ ਉਹ ਬਹੁਤ ਚੜ੍ਹਦੀ ਕਲਾ ਦੇ ਸਨ ਜੀ ਆਪਾਂ ਸਿਖਰ ਦੀ ਗੱਲ ਇਹ ਕਰੀਏ ਉਹ ਸਮੇ ਸਾਰਿਆਂ ਨੂੰ ਉਹ ਜਿਵੇਂ ਕਹਿੰਦੇ ਪਿਆਰ ਵੀ ਦੇ ਰਹੇ ਸੀ ਡਿਊਟੀਆਂ ਵੀ ਵੰਡੀਆਂ ਜਾ ਰਹੀਆਂ ਸੀ ਮੈਂ ਉਹ ਤਿੰਨ ਤਰੀਕ ਦਾ ਸ਼ਾਮ ਦਾ ਉਹ ਵੇਲਾ ਸੀ ਜਿਹੜਾ ਮੈਂ ਆਪਣੀ ਅੱਖੀਂ ਦੇਖਿਆ ਉਸ ਸਮੇ ਜਿਹੜਾ ਇਹ ਪੂਰੀ ਜਿਵੇਂ ਕਹਿੰਦੇ ਹੁੰਦੇ ਨਾ ਵੀ ਜੰਗ ਬੰਦੀ ਦੀ ਤਿਆਰੀ ਹੋ ਰਹੀ ਸੀ ਕਿਉਂਕਿ ਸਿੰਘ ਤਾਂ ਕਿੰਨੇ ਕੁ ਸਨ ਤੇ ਉਹਨਾਂ ਕੋਲੇ ਹਥਿਆਰ ਕਿੰਨੇ ਕੁ ਹੋ ਸਕਦੇ ਸਨ ਪਰ ਇਹ ਜਿਹੜਾ ਕੁਝ ਦਿਖਾਈ ਦੇ ਰਿਹਾ ਸੀ ਉਹ ਇਹੋ ਹੀ ਸੀਗਾ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ ਉਹਨਾਂ ਦੇ ਅੰਦਰ ਆਪਦੇ ਗੁਰੂ ਪ੍ਰਤੀ ਪਿਆਰ ਸੀ ਸਤਕਾਰ ਸੀ ਤੇ ਜਿਹੜਾ ਉਹ ਉਹਨਾਂ ਦੇ ਜਿਵੇਂ ਕਹਿੰਦੇ ਨੇ ਵੀ ਉਹਨਾਂ ਦੇ ਚਾਹ ਸੀਗਾ ਕਿ ਅਸੀਂ ਇਹ ਸਿੰਧੋਸਤਾਨ ਦੀ ਫੌਜ ਨਾਲ ਟੱਕਰ ਲੈਣੀ ਹੈ ਉਹ ਤਿੰਨ ਤਰੀਕ ਦੀ ਸ਼ਾਮ ਦਾ ਜਿਹੜਾ ਉਹ ਉਸ ਤਰ੍ਹਾਂ ਦਾ ਜਿਹੜਾ ਜਿਹੜਾ ਮਾਹੌਲ ਸੀ ਤੇ ਜਰਲ ਸੁਵੇਕ ਸਿੰਘ ਦਾ ਉਸ ਦਿਨ ਬੜਾ ਬਟਾ ਅਹਿਮ ਰੋਲ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਉਸ ਦਿਨ ਜਿਹੜੀ ਆ ਤੇ ਦਰਬਾਰ ਸਭ ਆ ਰਹੀ ਸੀ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਵਰਤਾਰਾ ਉਸ ਦਿਨ ਤਰੀਕ ਦਾ ਸੀ ਉਸ ਖੂਨੀ ਹਫਤੇ ਦਾ ਜਿਵੇਂ ਕਹਿ ਲਓ ਵੀ ਉਸ ਜਦ ਕਾਂਗਰਸ ਦੇ ਜ਼ਬਰ ਤੇ ਜ਼ੁਲਮ ਦਾ ਜਿਹੜਾ ਹੱਲਾ ਸੀ ਉਸ ਹੱਲੇ ਦਾ ਉਹ ਤੀਸਰਾ ਦਿਨ ਸੀ ਤੀਸਰੇ ਦਿਨ ਦੀਆਂ ਇਹ ਜਣੀਆਂ ਸਾਰੀਆਂ ਸਰਗਰਮੀਆਂ ਸਨ ਇਧਰਲੇ ਪਾਸੇ ਸੈਕਸ ਸਟੂਡੈਂਟ ਫੈਡਰੇਸ਼ਨ ਦਾ ਤੇ ਉਹ ਦੂਸਰੇ ਪਾਸੇ ਬਬਰ ਖਾਲਸਾ ਬਾਕੀ ਸਾਰੇ ਆਲੇ ਦੁਆਲੇ ਇਹ ਜਿਹੜਾ ਜਿੱਥੇ ਆਪਾਂ ਖੜੇ ਆ ਇਹ ਲੰਗਰ ਲੰਗਰ ਤੇ ਵੀ ਇਹ ਸੰਤਾਂ ਦੇ ਜਿਹੜੇ ਸਿੰਘ ਸੀ ਉਹਨਾਂ ਦੀ ਸਾਰਿਆਂ ਦੀ ਇੱਥੇ ਜਿਹੜੀ ਮੋਰਚਾ ਬੰਦੀ ਕੀਤੀ ਗਈ ਸੀ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸ਼ਾਮ ਜਿਹੜੀ ਆ ਉਸ ਦਿਨ ਦੀ ਸ਼ਾਮ ਇਹ ਸਹਲਾਤਾਂ ਦੇ ਵਿੱਚ ਡੜੀ